ਯੋ ਵੀਰ, ਪਹਿਲੀ ਬੜੀ ਖਬਰ ਸੁਣ ਲਿਓ। ਦਮਦਮੀ ਟਕਸਾਲ ਕਾ ਮੁਖੀ ਹਰਨਾਮ ਸਿੰਘ ਖਾਲਸਾ ਯੋ ਸਿੱਖਾਂ ਨੂੰ ਕਹਿ ਰਿਹਾ, ਵੀਰ ਕਹਿ ਪੰਜ ਪੰਜ ਨਿਆਣੇ ਜੰਮੋ ਥੰਮ, ਆਂ ਬਣੇਗੀ ਗੱਲ। ਹਰਨਾਮ ਸਿੰਘ ਧੁੰਮਾ ਕਹਿ ਰਿਹਾ ਵੀ ਪੰਜਾਬ ਵਿੱਚ 52% ਸਿੱਖਾਂ ਕੀ ਆਬਾਦੀ, ਬਾਕੀ ਬਾਹਰਲੇ ਮੁਲਕਾਂ ਵਾਂ ਚਲੇ ਗਏ। ਉਹਨਾਂ ਨੇ ਅੱਗੇ ਜੋ ਵੀ ਕਿਹਾ ਆ ਵੀ ਪਰਿਵਾਰ ਵਾਂ ਪੰਜ ਪੰਜ ਨਿਆਣੇ ਜੰਮੋ ਕਾ ਹੈ, ਜੇ ਥਾਰੇ ਤਾਂ ਨਹੀਂ ਪੜ੍ਹਦੇ ਗਾ ਕਾ ਮੈਂ ਉਹਨਾਂ ਦੀ ਦੇਖਭਾਲ ਕਰ ਲਿਆਂਗਾ, ਕੋਈ ਸੰਤ ਬਣ ਜਾਏਗਾ, ਕੋਈ ਅਕਾਲ ਤਖਤ ਕਾ ਜਥੇਦਾਰ ਬਣ ਜਾਏਗਾ, ਔਰ ਕੋਈ ਸ਼ਹੀਦ ਵੀ ਹੋਵੇਗਾ। ਔਰ ਉਹਨਾਂ ਨੇ ਕਿਹਾ ਕਾ ਹਮਾਰੀ ਤਾਂ ਧਾਰਨਾ ਬਣ ਗਈ, ਕਹਿ ਨਿਆਣੇ ਕਾ ਹਮਾਰੇ ਨਸ਼ਾ ਕਰ ਕਾ ਮਰ ਗਏ, ਮਰ ਜਾਏਗੇ ਮਤਲਬ। ਪਰ ਗੁਰੂ ਕਾ ਭਾਣਾ ਨਹੀਂ, ਪਰ ਗੁਰੂ ਘਰ ਦੇ ਵਿੱਚ ਨਹੀਂ ਕਹਿ ਭੇਜਣਾ। ਔਰ ਸਿੱਖ ਭਾਈਚਾਰੇ ਨੂੰ ਗਲਤ ਵਿਚਾਰ ਆਪਣੇ ਮਨਵਾਂ 'ਤੇ ਕੱਢ ਦੇਣਾ ਚਾਹੀਦਾ। ਔਰ ਅੱਗੇ ਉਹ ਵੀ ਕਹਿ ਰਿਹਾ ਵੀ ਜੇ ਬੱਚੇ ਸੀਮਿਤ ਨਾ ਰੱਖੋ, ਆਉਣ ਵਾਲੇ ਟਾਈਮ ਮਾ ਪੰਜਾਬ ਦੇ ਵਿੱਚ ਮਾ ਗਿਣਤੀ ਘੱਟ ਹੋਣ ਕਰਕੇ ਨਾ ਬਾਹਰਲੇ ਸੂਬਿਆਂ ਮਾ 'ਤੇ ਇਹ ਬਈਏ ਜਿਸ ਤਰ੍ਹਾਂ ਆ ਰਹੇ ਵੀਰ, ਇਹ ਹੋਰ ਬੰਦੇ ਆ ਰਹੇ ਕਾ ਇਹਨਾਂ ਦੇ ਕੁੱਟ ਖਾਏ ਕਰੇਗਾ ਥੰਮ ਕਾ ਫਿਰ। ਔਰ ਉਹਨਾਂ ਨੇ ਕਿਹਾ ਵੀ ਜਿਹਨਾਂ ਕੋਲ ਕਹਾ ਬੱਚੇ ਸੰਭਾਲੇ ਨਹੀਂ ਜਾਂਦੇ, ਮਾ ਕਾ ਮਨ ਨੂੰ ਦੇ ਦਿਓ, ਆਪਾਂ ਸੰਭਾਲ ਲੇਂਗੇ ਨਿਆਣਿਆਂ ਨੂੰ। ਔਰ ਗਿਆ ਜੀ ਉਹ ਵੀ ਕਿਹਾ ਵੀ ਮੈਂ ਉਹਨਾਂ ਨੂੰ ਪੜ੍ਹਾਵਾਂਗਾ ਵੀ, ਔਰ ਗੁਰੂ ਦੇ ਨਾਲ ਵੀ ਜੋੜ ਕੇ ਰੱਖਾਂਗਾ, ਦੇਸ਼ ਵਿਦੇਸ਼ਾਂ ਮਾ ਕਾ ਹੋਰ ਕਾ ਮਾਣ ਸਨਮਾਨ ਵੀ ਹੋਵੇਗਾ, ਔਰ ਪੰਥ ਕੀ ਸੇਵਾ ਕਰਨ ਵਾਸਤਾ ਭੇਜਾਂਗਾ, ਐਵੇਂ ਨਾ ਘੱਟ ਰਹੀ ਜਾਓ। ਜਿਹਦਾ ਥੋੜ੍ਹੀ ਕਹਾ ਇੱਕ ਨਿਆਣਾ ਚਾਹੀਦਾ। ਔਰ ਅੱਗੇ ਜੋ ਵੀ ਕਿਹਾ ਕਹਾ ਮਾਰੇ ਬਜ਼ੁਰਗ ਕਾ ਸੱਤ ਨਿਆਣੇ ਵੀ ਕਰਤੇ, ਬਾਹਰਲੇ ਦੇਸ਼ ਵੀ ਤਾਂ ਜਾਏ ਕਰਤੇ, ਹਥਾਰੇ 'ਤੇ ਤਾਂ ਚੰਗਾ ਗਾਇਆ ਰੋਟੀ ਖਾਏ ਕਰਤੇ, ਹਥਾਰੇ 'ਤੇ ਵਧੀਆ ਗਾਇਆ ਆਪਣਾ ਜੀਵਨ ਬਤੀਤ ਕਰੇ ਕਰਦੇ। ਇਹ ਵੀਰ ਇਹ ਉਹ ਗਿਆਨ ਤੋਂ ਬਾਅਦ ਦੇਖੋ ਕਿਆ ਬਦਲਾਵ ਆਵੇਗਾ ਕਿਆ ਨਹੀਂ। ਪਰ ਬਸਪਾ ਨੂੰ ਬੜਾ ਝਟਕਾ ਲੱਗਿਆ, ਕਿਹਾ ਵੀਰ ਬਸਪਾ ਕਾ ਉਮੀਦਵਾਰ ਆਮ ਆਦਮੀ ਪਾਰਟੀ ਮੈਂ ਸ਼ਾਮਿਲ ਹੋ ਗਿਆ ਵੀਰ, ਹੁਸ਼ਿਆਰਪੁਰ 'ਤੇ ਬਸਪਾ ਨੂੰ ਬੜਾ ਝਟਕਾ ਲੱਗਿਆ, ਰਕੇਸ਼ ਉਮਨ ਆਮ ਆਦਮੀ ਪਾਰਟੀ ਮੈਂ ਆ ਗਿਆ ਵੀਰ। ਔਰ ਰਕੇਸ਼ ਮੁੱਖ ਮੰਤਰੀ ਭਗਵੰਤ ਮਾਨ ਗੈਲ ਖੜਕਾ ਤਸਵੀਰ ਵੀ ਤਰਾਈ ਇਸ ਨੇ, ਔਰ ਕਹਿ ਰਿਹਾ ਵੀ ਦਲਿੱਤਾਂ ਵਾਸਤਾ ਕੰਮ ਕਰਾਂਗਾ, ਗਰੀਬਾਂ ਨੂੰ ਚੰਗੀ ਸਿੱਖਿਆ ਲੈ ਕੇ ਦਿਆਂ, ਔਰ ਹੋਰ ਜਿਹੜੇ ਕੰਮ ਕਾਰ ਕਰੂ ਕਿਵੇਂ ਕਾ ਹੋਵਾ ਸਾਰੇ ਕਾ ਕੰਮ ਕਰਕੇ ਦਿਖਾਵਾਂਗਾ। ਔਰ ਅਕਾਲੀ ਦਲ ਕੀ ਇਹ ਸ਼੍ਰੋਮਣੀ ਕਮੇਟੀ ਕੀ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਕੀ ਮੁੱਢਲੀ ਮੈਂਬਰਸ਼ਿਪ 'ਤੇ ਬਾਹਰ ਕਰਤਿਆ ਵੀਰ, ਯੂਬੇਲੀ ਕਰਤੀ ਵੀਰ ਸ਼੍ਰੋਮਣੀ ਅਕਾਲੀ ਦਲ ਨੇ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਮੈਂਬਰ ਦੀ ਉਹ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਸ਼ਾਮਿਲ ਹੋਣ ਕਰਕੇ ਨਾ ਮੁੱਢਲੀ ਮੈਂਬਰਸ਼ਿਪ 'ਤੇ ਖਾਰਜ ਕਰਕੇ ਬੇਲਾ ਕਰਤਿਆ। ਔਰ ਇਸ ਫੈਸਲੇ ਨੂੰ ਮਤਲਬ ਕਹਿ ਲਓ ਵੀਰ ਸਕੱਤਰ ਜਨਰਲ ਬਰਵਿੰਦਰ ਸਿੰਘ ਭੁੰਦੜ ਨੇ ਅਕਾਲੀ ਦਲ ਚੰਡੀਗੜ੍ਹ ਕੀ ਇਕਾਈ ਕੇਂਦਰ ਸ਼ਾਸਿਤ ਪ੍ਰਦੇਸ਼ ਕੇ ਵਿੱਚ ਮਾ ਭਾਜਪਾ ਉਮੀਦਵਾਰ ਜਿਹੜਾ ਸੰਜੇ ਟੰਡਨ ਕੀ ਹਮਾਇਤ ਕਰਕੇ ਜਾਣ ਬੁੱਝਗਾ ਪਾਰਟੀ ਕਾ ਯੋ ਕਾਕਸ ਖਰਾਬ ਕਰਨ ਦੀ ਸ਼ਿਕਾਇਤਾਂ ਇਸ ਤਰ੍ਹਾਂ ਹੀ ਮਿਲੀਆਂ ਨੇਗਾ। ਉੱਧਰ ਫੁੱਲ ਵਾਲਿਆਂ ਦਾ ਪ੍ਰਚਾਰ ਕਰ ਰਹੀ ਸੀ ਬੀਬੀ ਗਾ ਜ਼ਿਆਦਾ, ਹਾਂ ਇਸ ਕਰਕੇ ਵੀਰ ਇਹਨੂੰ ਗੁੱਸਾ ਚੜ ਗਿਆ ਵੀਰ। ਜਨਰਲ ਸਕੱਤਰ ਕਹਿ ਰਿਹਾ ਕਾ ਵੀ ਤਾਂ ਹੀ ਕੱਢ ਤਿਆ ਆਪਾਂ ਨੇ। ਔਰ ਇਸਕੇ ਗੈਲ ਗੈਲ ਕਾ ਸਕੱਤਰ ਜਨਰਲ ਕਹਿ ਰਿਹਾ ਕਾ ਬੀਬੀ ਹਰਜਿੰਦਰ ਕੌਰ ਪਾਰਟੀ ਵਿਰੋਧੀ ਗਤੀਵਿਧੀਆਂ ਕਾ ਵੀਡੀਓ ਸਬੂਤ ਮਿਲਿਆ ਮਾਨੂੰ ਕਾ, ਇਸ ਕਰਕੇ ਮਜਬੂਰ ਹੋਵਾ ਕਦਮ ਚੱਕਿਆ ਮਨ ਹੈ। ਔਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਮੈਂਬਰ ਅਨੈਤਿਕ ਵਿਵਹਾਰ ਨੂੰ ਬਿਲਕੁਲ ਕਹਿ ਬਰਦਾਸ਼ਤ ਨਹੀਂ ਕਰੇਗੀ। ਆ ਸਰਦਾਰ ਭੁੰਦੜ ਕਹਿ ਰਿਹਾ ਕਾ ਵੀ ਪਹਿਲੀ ਵਾਰ ਨਹੀਂ ਗਾ ਸ਼੍ਰੋਮਣੀ ਕਮੇਟੀ ਕਿਸੇ ਮੈਂਬਰ ਨੂੰ ਪਾਰਟੀ ਦੇ ਬਾਹਰ ਕਰ ਰਹੀ ਗਾ, ਜਿਹੜੇ ਸਿਧਾਂਤਾਂ 'ਤੇ ਉਲਟ ਚੱਲੇਂਗੇ ਇਹਨਾਂ ਨੂੰ ਵਿਹਲੇ ਕਰਕੇ ਘਰਾਂ ਭੇਜ ਦੇਂਗੇ ਵੀਰ। ਔਰ ਇਹ ਤਾਂ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਨੇ ਬੀਬੀ ਹਰਜਿੰਦਰ ਕੌਰ ਦੀਆਂ, ਭਾਜਪਾ ਗੈਲ ਸਮਝੌਤਾ ਕਰ ਲਿਆ ਤਾਂ। ਔਰ ਕੇਸਰੀਆ ਪਾਰਟੀ ਕੀ ਹਮਾਇਤ ਕੇ ਬਦਲੇ ਅਹਿਮ ਅਹੁਦੇ ਮਿਲੇ,
ਕਿ ਉਹ ਕਤਲ ਮਤਲਬ ਕਹਿ ਵੀ ਲੰਮਾ ਸਮਾਂ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਕਾ ਸੁਣਨ ਨੂੰ ਮਿਲੀਆਂ ਤਾਂ ਤਾਂ ਦੁਖੀ ਹੋ ਗਿਆ ਮਹਾਨਾ ਜੀ ਉਹ ਕੰਮ ਕਰਿਆ। ਔਰ ਜਲੰਧਰ ਛਾਉਣੀ ਦੇ ਵਿੱਚ ਮੈਂ ਕਾਂਗਰਸ ਕੀ ਸਥਿਤੀ ਬਹੁਤ ਖਰਾਬ ਵੀਰ, ਬਾਗੀ ਆਗੂਆਂ ਵਾਂ ਅਤੇ ਕੋਈ ਵੀ ਬੰਦਾ ਪਿੱਛਾ ਮੁੜਿਆ ਹੀ ਨਹੀਂ ਵੀਰ। ਨਗਰ ਨਿਗਮ ਦੇ ਵਿੱਚ ਮੈਂ 10 ਸਾਲ ਕੌਂਸਲ ਰਹੀ, ਨੀਰਜਾ ਜੈਨ ਭਾਜਪਾ ਮਾ ਸ਼ਾਮਿਲ ਹੋਣ ਕਰਕੇ ਨਾ ਵਿਧਾਨ ਸਭਾ ਹਲਕਾ ਛਾਉਣੀ ਕਿ ਵਿੱਚ ਮੈਂ ਕਾਂਗਰਸ ਕੀ ਸਥਿਤੀ ਬਹੁਤ ਖਰਾਬ ਹੋ ਗਈ ਵੀਰ, ਕਿਉਂਕਿ ਇਸ 'ਤੇ ਪਹਿਲਾਂ ਵੱਡੀ ਗਿਣਤੀ ਮੈਂ ਕਾਂਗਰਸ ਕਾ ਵਿਧਾਇਕ ਪ੍ਰਗਟ ਸਿੰਘ 'ਤੇ ਨਾਰਾਜ਼ ਹੋ ਗਿਆ, ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਔਰ ਆਮ ਆਦਮੀ ਪਾਰਟੀ ਕਿ ਸਰਕਾਰ ਬਣਨ ਤੋਂ ਬਾਅਦ ਸਿਲਸਿਲਾ ਜਾਰੀ। ਨੀਰਜਾ ਜੈਨ ਔਰ ਉਸਕਾ ਪਤੀ ਸਵਰਗਵਾਸੀ ਜਿਹੜਾ ਉਸਕਾ ਘਰ ਵਾਲਾ ਤਾਂ ਮਤਲਬ ਇਹ ਉਸਕਾ ਇਲਾਕਾ ਮੰਨਿਆ ਜਾ ਰਿਹਾ, ਕਿਉਂਕਿ ਜ਼ਮੀਨੀ ਪੱਧਰ ਪਾ ਨਾ ਗਏ ਲੋਕ ਬਹੁਤ ਜੁੜੇ ਹੋਏ ਨਾ ਗਏ। ਨੀਰਜਾ ਜੈਨ ਲਗਾਤਾਰ 2 ਵਾਰ ਕੌਂਸਲਰ ਬਣੀ ਉਰਾ, ਔਰ ਭਾਜਪਾ ਮੈਂ ਸ਼ਾਮਿਲ ਹੋਣ ਨਾਲ ਮਤਲਬ ਜਿੱਥਾ ਕਾਂਗਰਸ ਨੂੰ ਬੜਾ ਨੁਕਸਾਨ ਹੋਵੇਗਾ ਉੱਥਾ ਭਾਜਪਾ ਨੂੰ ਬੜਾ ਫਾਇਦਾ ਹੋਵੇਗਾ। ਮਈ 2023 ਮਾਂ ਜਲੰਧਰ ਲੋਕ ਸਭਾ ਸੀਟ ਕੇ ਉੱਪਰ ਕਾਂਗਰਸ ਕੇ ਪ੍ਰਗਟ ਸਿੰਘ ਇਸ ਨੇ ਜੋ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਜੁਆਇਨ ਕਰੀ, ਬਸ ਉਸ ਤੋਂ ਬਾਅਦ ਜੋ ਫੁਲਕਾ ਮਦਦ ਕਰੀ ਸੀਗਾ ਜਿਸ ਕਾ ਇੰਚਾਰਜ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ ਮਾਂ ਆਮ ਆਦਮੀ ਪਾਰਟੀ ਜਲੰਧਰ ਛਾਉਣੀ 'ਤੇ ਹਲਕੇ ਮਾਂ ਨੰਬਰ 1 ਰਹੀ ਸੀ। ਔਰ ਇਸ ਕਰਕੇ ਪ੍ਰਗਟ ਸਿੰਘ ਕੇ ਕਈ ਦੋਸਤ ਜਿਹੜੇ ਹਮੇਸ਼ਾ ਉਸਕੇ ਕਰੀਬ ਥੇ ਵਾ ਦੂਰੀ ਬਣਾ ਕੇ ਲੰਘ ਗਏ ਸਾਈਡ ਮਾਰ ਲਏ ਕਰੇ, ਆਪਾਂ ਤਾਂ ਜਾਂਦੇ ਨਹੀਂ ਫਿਰ। ਆਹ ਨੀਰਜਾ ਜੈਨ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਔਰ ਹੋਰ ਸੀਨੀਅਰ ਆਗੂ ਜਲੰਧਰ ਮਾਂ ਹਲਕੇ ਕੇ ਉਮੀਦਵਾਰ ਸੁਨੀਲ ਰਿੰਕੂ ਦੀ ਅਗਵਾਈ ਮਾਂ ਭਾਜਪਾ ਦੇ ਵਿੱਚ ਚਲ ਗਈ ਵੀਰ, ਉੱਥਾ ਸ਼ਾਮਿਲ ਕਰ ਲਿਆ ਉਸਨੂੰ ਫਿਰ। ਔਰ ਇਸ ਦਿਨ ਸਾਬਕਾ ਕੌਂਸਲਰ ਨੀਰਜਾ ਨੇ ਕਿਹਾ ਕਿ ਭਾਜਪਾ ਨੇ ਰਿੰਕੂ ਦੀ ਜਿੱਤ ਨਰਿੰਦਰ ਮੋਦੀ ਨੂੰ 3ਵੀ ਵਾਰ ਦੇਸ਼ ਕਾ ਪ੍ਰਧਾਨ ਮੰਤਰੀ ਬਣਾਉਣ ਖਾਤਰ ਜਲੰਧਰ ਛਾਉਣੀ ਹਲਕੇ ਮਾਂ ਸਖਤ ਮਿਹਨਤ ਕਰੇਗੇ। ਔਰ ਉੱਧਰ ਜਿਹੜਾ ਬੌਂਸਰ ਮੀਤ ਕੇ ਕਤਲ ਮਾਂ ਨਵਾਂ ਮੋੜ ਆਇਆ, ਬਵੀਹਾ ਗਰੁੱਪ ਨੇ ਪੋਸਟ ਪਾ ਦਿੱਤੀ ਵੀਰ। ਖਰੜ ਕੇ ਵਿੱਚ ਵਾ ਬੌਂਸਰ ਮਨੀਸ਼ ਕੇ ਕਤਲ ਕੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲੈ ਲਈ। ਔਰ ਸੋਸ਼ਲ ਮੀਡੀਆ ਪੋਸਟ ਮੈਂ ਲਿਖਿਆ ਵੀ ਉਹ ਕਤਲ ਲੱਕੀ ਪਟਿਆਲ ਨੇ ਕਰਾਇਆ, ਔਰ ਇਹ 5 ਸਾਲ ਪਹਿਲਾਂ ਹੋਏ ਮੀਤ ਬੌਂਸਰ ਕਿਹਾ ਜਿਹੜਾ ਕਤਲ ਹੋਇਆ ਉਸਕਾ ਬਦਲਾ ਲਿਆ ਮਾਨਿਆ ਕਹਿ ਰਹੇ। ਔਰ ਪੋਸਟ ਮਾਂ ਬਬੀਆ ਗੈਂਗ ਨੇ ਚੇਤਾਵਨੀ ਦਈ ਵੀ ਜਿੰਨਾ ਸਮਾਂ ਲੰਘੇਗਾ ਦੁਸ਼ਮਣੀ ਉਤਨੀ ਵਧੇਗੀ, ਔਰ ਕਿਸੇ ਨੂੰ ਵੀ ਕਿਸੇ ਕਿਸਮ ਦੀ ਗਲਤ ਫਹਿਮੀ ਕੇ ਵਿੱਚ ਰੱਖਣਾ ਨਹੀਂ ਮੰਨਣਾ, ਔਰ ਜਿਹੜੇ ਰਹਿ ਗਏ ਵਾ ਵੀ ਤਕੜੇ ਹੋ ਜਾਓ ਬਾਰੀ ਇਫਤਾਰੀ ਆਉਣੇ ਵਾਲੀ, ਇਸ ਤਰ੍ਹਾਂ ਮਤਲਬ ਬਿਆਨ ਆਇਆ। ਔਰ ਦੱਸਦੇ ਹਾਂ ਵੀ 5 ਸਾਲ ਪਹਿਲਾਂ ਬੌਂਸਰ ਮੀਤ ਦਾ ਕਤਲ ਪੰਚਕੂਲੇ ਕੇ ਸਕੇਤੜੀ ਸ਼ਿਵ ਮੰਦਰ ਕੇ ਸਾਹਮਣੇ ਕਰਿਆ ਤਾ, ਔਰ ਉਸਨੂੰ ਫਿਰ 26 ਸੈਕਟਰ ਕਲੱਬ ਦੇ ਵਿੱਚ ਵਿਵਾਦ ਹੋਇਆ ਤਾ ਨਾ, ਇਸੀ ਨੂੰ ਇਹਦਾ ਰੌਲਾ ਜਿਹਾ ਹੋ ਗਿਆ ਤਾ ਵੀਰ, ਤਾਂ ਕਰਕੇ ਇਹਨਾਂ ਨੇ ਪੋਸਟ ਪਾ ਤੀ। ਔਰ ਕੱਲ੍ਹ ਉੱਥਾ ਡਾਕਟਰ ਧਰਮਵੀਰ ਗਾਂਧੀ ਯੁਕਰਾ ਕਾ ਆਇਆ ਆਪਣਾ ਨਾਮਜ਼ਦਗੀ ਪੱਤਰ ਦਾਖਲ, ਸੰਗਰੂਰ ਅਤੇ ਉਮੀਦਵਾਰ ਸੁਖਪਾਲ ਖਹਿਰਾ ਵੀ ਜਲਦੀ ਕਾ ਨਾਮ ਦਾਖਲ ਕਰਾਵੇਗਾ। ਪੰਜਾਬ ਕਾਂਗਰਸ ਕਾ ਪ੍ਰਧਾਨ ਅਮਰਿੰਦਰ ਰਾਜਾ ਬੜਿੰਗ ਇਸ ਨੇ ਸਮਰਥਨ ਕਰਨ ਵਾਸਤੇ ਉੱਥਾ ਜੋ ਪਹੁੰਚਿਆ ਤਾਂ ਡਾਕਟਰ ਗਾਂਧੀ ਵਾ ਰਾਪਾ ਚਨਾ ਬਿਰਦੋਏ ਉੱਥਾ ਜਾ ਕੇ ਫਿਰ ਨਾਮ ਭਰ ਕੇ ਆਏ। ਔਰ ਚੋਣ ਕਮਿਸ਼ਨ ਨੇ ਕਾ ਤਰੀਕਾ 14 ਤੱਕ ਨਾਮਜ਼ਦਗੀ ਦਾਖਲ ਕਰਨੀ ਗੀ, 15 ਮਈ ਤੱਕ ਪੜਤਾਲ ਹੋਵੇਗੀ, ਕਾ 17 ਮਈ ਨੂੰ ਕਹਿ ਜੀ ਨਾਮ ਵਾਪਸ ਲੈਣੇ ਆਪਣੇ, ਪ੍ਰੈਸਰ ਪ੍ਰੁਸਰ ਪੈ ਗਿਆ ਵੀ ਪਿੱਛਾ ਕਰੂੰ ਨਾਮ ਫਿਰ ਕਰ ਸਕਾਂ। 1 ਜੂਨ ਨੂੰ ਸਵੇਰੇ 7 ਵਜੇ ਅਤੇ 6 ਵਜੇ ਤੱਕ ਵੋਟਾਂ ਪਵੇਗੀਆਂ। ਔਰ ਜੋ ਕਹਿ ਲਓ ਵੀ 13ਵਾਂ ਅਤੇ 6 ਉਮੀਦਵਾਰ 10 ਮਈ ਨੂੰ ਆਪਣੇ ਨਾਮਜ਼ਦਗੀ ਦਾਖਲ ਕਰ ਗਏ, 9 ਮਈ ਨੂੰ ਖੰਡੂਰ ਸਾਹਿਬ ਅਤੇ ਕਰਵੀਰ ਸਿੰਘ ਜੀਰਾ ਨੇ ਨਾਮਜ਼ਦਗੀ ਪੱਤਰ ਦਾਖਲ ਕਰਨਾ, ਔਰ ਜਦਕਿ 10 ਮਈ ਨੂੰ ਗੁਰਦਾਸਪੁਰ ਅਤੇ ਸੁਖਜਿੰਦਰ ਰੰਧਾਵਾ, ਜਲੰਧਰ ਅਤੇ ਚਰਨਜੀਤ ਚੰਨੀ, ਹੁਸ਼ਿਆਰਪੁਰ ਅਤੇ ਯਾਮਨੀ ਗੋਮਰ, ਫਤਿਹਗੜ੍ਹ ਅਤੇ ਫਤਿਹਗੜ੍ਹ ਸਾਹਿਬ ਅਤੇ ਡਾਕਟਰ ਅਮਰ ਸਿੰਘ, ਫਰੀਦਕੋਟ ਅਤੇ ਅਮਰਜੀਤ ਕੌਰ ਸਾਹੋਕੇ,
ਔਰ ਬਠਿੰਡੇ ਦੇ ਜੀਤ ਮਹਿੰਦਰ ਆਪਣਾ ਨਾਂ ਭਰੇਗੀ ਉੱਥਾ। ਅੰਮ੍ਰਿਤਸਰ ਅਤੇ ਗੁਰਜੀਤ ਔਜਲਾ 11 ਤਰੀਕ ਨੂੰ ਔਰ ਵਿਜੇਂਦਰ ਸਿੰਗਲਾ 13 ਤਰੀਕ ਨੂੰ ਨਾਮ ਭਰ ਲੇਂਗੇ ਵੀਰ। ਔਰ ਇਸਕੇ ਗੈਲ ਗੈਲ ਕੇਜਰੀਵਾਲ ਕੀ ਕਿਹਾ, ਜ਼ਮਾਨਤ 10 ਤਰੀਕ ਨੂੰ ਕਹਿ ਰਹੇ ਹੋਵੇਗੀ ਵੀਰ, 2 ਦਿਨ ਪਏ ਵਾਲੇ ਤੋਂ। ਸੁਪਰੀਮ ਕੋਰਟ ਦੇ ਵਿੱਚ ਆਬਕਾਰੀ ਇਹੋ ਸ਼ਰਾਬ ਘੁਟਾਲੇ ਮਨੀ ਲਾਂਡਰਿੰਗ ਚਾਕਾ ਅਤੇ ਆਵਾਂਦਰੀ ਨੂੰ ਪਿਸ਼ ਕਰਕਾ ਵੀਰ। ਅਰਵਿੰਦ ਕੇਜਰੀਵਾਲ ਕੀ ਜ਼ਮਾਨਤ 10 ਮਈ ਨੂੰ ਸੁਣਾਉਣੇ ਕੇ ਹੁਕਮ ਜਾਰੀ ਹੋਏ। ਜਸਟਿਸ ਸੰਜੀਵ ਖੰਨਾ ਨੇ ਇਹੋ ਕਿਹਾ ਵੀ ਸ਼ੁੱਕਰਵਾਰ ਨੂੰ ਅੰਤਮ ਜ਼ਮਾਨਤ ਦਾ ਫੈਸਲਾ ਸੁਣਾਵੇ। ਗ੍ਰਿਫਤਾਰੀ ਨੂੰ ਚੁਣੌਤੀ ਦੇਣ ਨਾਲ ਜੁੜੇ ਮਾਮਲੇ ਮਾਂ 10 ਮਈ ਨੂੰ ਸੁਣਵਾਈ ਹੋਵੇਗੀ। ਔਰ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜਸਟਿਸ ਸੰਜੀਵ ਖੰਨਾ ਔਰ ਜਸਟਿਸ ਦੀਪੰਕਰ ਦੱਤਾ ਦੀ ਬੈਂਚ ਨੇ ਸੁਣਵਾਈ ਦੇ ਵਿੱਚ ਅੰਤਮ ਜ਼ਮਾਨਤ ਦੇਣ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ। ਔਰ ਬੈਂਚ ਨੇ ਜਿਹੜਾ ਸੀਨੀਅਰ ਵਕੀਲ ਅਭਿਸ਼ੇਕ ਸਿੰਘ ਵੀ ਔਰ ਵਧੀਕ ਸਟਾਈਲਟ ਯੂ ਮਤਲਬ ਜਰਨਲ ਜਿਹੜਾ ਇਸ ਨੇ ਮਤਲਬ ਦਲੀਲਾਂ ਦੁਨਾ ਸੁਣੀਆਂ ਔਰ ਦੇਖੋ ਹੀ ਬੱਗਾ ਕਿਆ ਬਣੇਗਾ। ਔਰ ਪੰਜਾਬ ਦੇ ਵਿੱਚ ਮੈਂ ਕਹਿ ਰਿਹਾ ਵੀ ਰਾਤ ਕੀ ਗਰਮੀ ਪੈ ਰਹੀ, ਇਸ 'ਤੇ ਬਚਣ ਵਾਸਤੇ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰੀਗਾ ਹੈ। ਅਧਿਆਪਕਾਂ ਨੂੰ ਬੱਚਿਆਂ ਨੂੰ ਸਹੀ ਢੰਗ ਕੇ ਕੱਪੜੇ ਪਾਉਣੇ, ਗਰਮੀ ਤੋਂ ਬਚਣ ਦੇ ਤਰੀਕੇ ਦੱਸੇ। ਔਰ ਵਿਭਾਗ ਨੇ ਫੈਸਲਾ ਕਰਿਆ ਗਾਈਡਲਾਈਨ ਕੀ ਕਾਪੀ ਪੰਜਾਬੀ ਅਨੁਵਾਦ ਕਰਕੇ ਦੇਵੇਂਗੇ ਔਰ ਸਾਰੇ ਸਕੂਲਾਂ ਵਿੱਚ ਇਸ ਨੂੰ ਲਾਗੂ ਕਰੇਂਗੇ। ਸਰੀਰਕ ਸਿੱਖਿਆ ਸਮੇਂ ਦੌਰਾਨ ਵਿਦਿਆਰਥੀ ਦਾ ਜਾਗਰੂਕ ਕਰੇਂਗੇ। ਅਰੇ ਪਾਣੀ ਪੀਓ ਜ਼ਿਆਦਾ ਤੋਂ ਜ਼ਿਆਦਾ, ਜਿਤਨਾ ਪੀ ਹੋ ਸਕਾ ਠੱਡਾ ਪਾਣੀ ਪੀਓ, RSS ਕਾ ਘੋਲ ਪੀਓ, ਲਿੰਬੂ ਪਾਣੀ ਪੀਓ, ਕਰੇ ਮਤਲਬ ਕਾਇਮ ਰਹੋਗਾ ਪੂਰੇ। ਲੱਸੀ ਨਾਰੀਅਲ ਕਾ ਪਾਣੀ ਜੋ ਵੀ ਪੀ ਸਕਾਂ ਵੀਰ ਹਮੇਸ਼ਾ, ਜੋ ਅਗਰ ਹਲਕੇ ਰੰਗ ਕੇ ਕੱਪੜੇ ਪਾਣੇਗਾ ਜਿਹੜਾ ਮਤਲਬ ਇਹਨਾਂ ਨੇ ਐਡਵਾਈਜ਼ਰੀ ਜਾਰੀ ਕਰੀ ਬਈ ਉਹ ਕੱਪੜੇ ਪਾਗਾ ਤਾਂ ਮੈਂ ਜਾ ਸਕਾਂ ਬਾਹਰਲੇ ਪਾਸੇ। ਔਰ ਉੱਧਰ ਵਿਧਾਇਕਾਂ ਨੇ ਸਮਰਥਨ ਵਾਪਸ ਲੈ ਲਿਆ। ਹਰਿਆਣੇ ਦੇ ਵਿੱਚ 3 ਆਜ਼ਾਦ ਵਿਧਾਇਕ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਵਾਸਤਾ ਭਾਜਪਾ ਦੇ ਆਪਣਾ ਸਮਰਥਨ ਵਾਪਸ ਲੈ ਲਿਆ ਵੀਰ, ਸੂਬੇ ਮਾ ਰੌਲਾ ਪੈ ਗਿਆ। ਇਹ ਦੇਖੋ ਵੀਰ ਕਿਤੇ ਉਹ ਸੈਣੀ ਦੀ ਸਰਕਾਰ ਨਾ ਗਿਰ ਜੇ। ਬਾਕੀ ਦੇਖੋ ਜੋੜ ਘਟੋ ਚੱਲ ਰਿਹਾ ਉੱਧਰ, ਜਿਹੜੇ ਇਨਕੇ ਵਿਰੋਧੀ ਵਾਹ ਬੰਦੇ ਕਹਿ ਰਹੇ ਕਹਾ ਵੀਰ ਸਰਕਾਰ ਦੇ ਵਿੱਚ ਮੈਂ ਇਹ ਜਿਹੜਾ ਗਾ ਇਸਕੀ ਉੱਪਰ ਕਰੋ, ਇਸਕੇ ਫਲੋਟਿੰਗ ਟੈਸਟ ਕਰਾਊਗਾ, ਦੇਖੋ ਵੀ ਕਿਆ ਬਣੇਗਾ ਅੱਗਾ। ਚਲੋ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬਾਕੀ ਖਬਰਾਂ ਤਾਰੇ ਕੇ ਲਿੱਤਰੀ ਚਲੇਗੀਆਂ। ਲਾਡੇ ਪੁਆਧੀ ਕੀ ਸਾਰਿਆਂ ਨੂੰ ਪਿਆਰ ਔਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।